ਪਾਣੀ ਲੱਗਾ, ਪਾਣੀ ਪੀਣਾ ਪੈਂਦਾ ਉਹਦੇ, ਪਾਣੀ ਪਾਣੀ ਹੌਲੇ ਵਰਗਾ ਪਿਆ, ਠੰਡਾ ਠੰਡਾ ਪਿਆ ਪਾਣੀ, ਫੇਰ ਠੰਡਾ ਪਾਣੀ ਗਲ ਖਰਾਬ ਕਰਦਾ। ਤੁਸੀਂ ਗਾਉਣ ਲੱਗਣਾ ਠੀਕ ਆ, ਤੂੰ ਗਾਉਣ ਲੱਗ ਤੁਹਾਡਾ ਗਲਾ ਖਰਾਬ ਹੋ ਜਾਣਾ, ਉਹ ਠੰਡਾ ਬਿਮਾਰ ਹੀ ਹੋਣਾ। ਲੈ ਉਹ ਵਿੱਚ ਨੂੰ ਲੰਘਦੀ ਆ, ਉਹ ਕੁਛ ਨਹੀਂ ਹੁੰਦਾ ਹੈਗਾ, ਪਾਣੀ ਠੰਡਾ ਠੰਡਾ ਹੀ ਹੈ। ਜੇ ਮਾਲਾ ਗਾਉਣੀ ਪਏ ਫਿਰ ਕੀ ਬਾਤ, ਲਗਾਉਣਾ ਪੈ ਜਾਂਦਾ ਕੋਈ, ਫਿਰ ਜੇ ਗਰਮ ਪਾਣੀ ਪੀਊਗਾ ਤਾਂ ਰੈਲਾ ਚੱਲੂਗਾ। ਗੱਲ ਜਮੀ ਨੇ ਚੋਕ ਕਰ ਲਈ ਆ, ਤੇ ਸਤਿ ਕਾਲ ਬਾਈ ਸਾਰਿਆਂ ਨੂੰ। ਤੇ ਲੋ ਬਾਈ ਕੱਲ ਟੀਨਾ ਪੈ ਗਈ ਸੀ ਆਪਣੇ, ਤੇ ਅੱਜ ਮਿਸਤਰੀ ਲੱਗੇ ਹੋਏ ਥੱਲੇ ਲੈਵਰ ਕੱਢਣ। ਇੱਕ ਵਾਰ ਆਪਾਂ ਨੇ ਦੁਰਮੁੜ ਮਾਰਤਾ, ਇੱਕ ਵਾਰ ਟਰੈਕਟਰ ਫੇਰਤਾ ਵਿੱਚ। ਬਾਕੀ ਮਿਸਤਰੀ ਮਿੱਟੀ ਜੰਮ ਗਈ ਹੈ, ਕੱਚੀ ਹੋ ਅਜੇ ਮਿੱਟੀ ਜੰਮ ਗਈ ਜਿਹੜਾ ਮਾੜਾ ਮੋਟਾ ਕਸਰ ਹੋ ਗਈ ਉਹਦੀ ਹੇਠਾਂ ਆ ਜੂਗਾ ਬਾਅਦ ਚ, ਗਿੱਟ ਵੀ ਚੱਕ ਲੈਂਦੀ ਆ। ਆਹੋ ਚੱਕ ਲੈਂਦੀ ਆ ਨਾ, ਉਹਦਾ ਉਹ ਵੀ ਬਾਅਦ ਚ ਹੇਠਾਂ ਜਾਣ ਨਾਲੋਂ, ਹਾਂ ਇਹਦੇ ਖੜ ਜਾ ਉਹ ਟਾਈਮ ਹੇਠਾਂ ਚਲੇ ਜਾਊਗਾ, ਉਹ ਦਬੂਗੀ ਜਿੱਥੇ ਟਰਾਲਾ ਟਰੂਲਾ ਖੜ ਗਿਆ ਭਰਿਆ ਹੋਇਆ, ਟਰੈਕਟਰ ਟੂਟਰ ਨਾਲ ਹੀ ਦਬਣੀ ਹੈ। ਬਾਕੀ ਲੋਕਾਂ ਦਾ ਦੂਆ ਲਾਉਣਾ, ਲੈ ਰਹੀ ਆ ਲੈ ਰਹੀ ਆ, ਉਹ ਤਾਂ ਸਵੇਰ ਦੇ ਕਹਿੰਦਾ ਲੈ ਰਹੀ ਆ ਲੈ ਰਹੀ ਆ, ਦੇਖਣਾ ਲਾਉਣੀ ਕਿੱਧਰ ਜਾਂਦਾ ਇਹ, ਉਹ ਕਿਹੜਾ ਹੁੰਦਾ ਉਹ ਚਾਰੇ ਪਾਸੇ ਘੁੰਮ ਜਾਂਦੀ ਆ, ਫਿਰ ਕੋਈ ਵਧੀਆ ਵੀ ਲੱਗਦਾ ਦੇਖਣ, ਜੇ ਮਾੜਾ ਕੋਈ ਚੀਜ਼ ਖੜਦੀ ਆ ਉੱਪਰ ਤਾਂ ਹਿਲਦੀ ਨੀ, ਫਿਰ ਉਹ ਆਪਦਾ ਉਹ ਆਪ ਹੀ ਵਜਨ ਚੱਕਦੀ ਆ ਇੱਟ, ਫਿਰ ਆਪਾਂ ਜਿਹੜੇ ਸਿੱਧੀਆਂ ਇੱਟਾਂ ਹੁੰਦੀਆਂ ਉਹ ਫਿਰ ਹਿਲ ਜਾਂਦੀਆਂ, ਹਿਲ ਜਾਂਦੀਆਂ ਜੀ ਉੱਪਰ ਕੋ ਘੁੰਮਦੀ ਆ ਮਾਂ ਮੋਟੀ ਕੋਈ। ਬਾਕੀ ਬਾਈ ਪਹਿਲਾਂ ਗੱਬੇ ਕੱਢਣਾ ਤਾਂ ਗੱਡਰ, ਤੇ ਗੱਗੇ ਡੈਡੀ ਨੇ ਸਲਾਹ ਦਿੱਤੀ ਬਈ ਇੱਕ ਸਾਈਡ ਤੁਸੀਂ ਤੰਗ ਰੱਖੋ, ਯੈਸ ਬ੍ਰੋ, ਹੈਨਾ ਵੀ ਹੁਣ ਤੁਹਾਨੂੰ ਟਰਾਲਾ ਟਰੂਲਾ ਅੰਦਰ ਦੀ ਮੁੜ ਜੇ ਕਰਨਾ, ਫਿਰ ਇੱਥੇ 20 ਫੁੱਟ ਕਰਤਾ ਆਹ ਕੈਚੀਆਂ ਦੀ ਗਾਰਡਰ ਦੀ ਮੇਨ ਸਪੋਟ ਇਹਨੂੰ, ਬਾਕੀ ਇੱਧਰ ਕੈਚੀਆਂ ਪੈ ਗਈਆਂ, ਗਾਰਡਰ ਫੇਰ ਆ ਗਿਆ, ਜਿਹੜੇ ਗਾਰਡਰ ਪਰ ਆ ਗਿਆ ਬਾਪੂ ਸਕੀਮੀ ਮੇਰਾ ਹੈ, ਬਾਪੂ ਸਕੀਮੀ ਮੈਂ ਕਿਹਾ ਤੇਰੇ ਬਾਪੂ ਨੇ ਕਾਹ ਚੀਜ਼ ਬਹੁਤ ਪਸੰਦ ਕਰੀ, ਸਾਡੇ ਕੋਲ ਮੇਰੇ ਕੋਲ ਕੱਦਾ ਪਿਆ ਤਾ ਅਸੀਂ ਬੋਲ, ਹਾਂ ਵਧੀਆ, ਹਾਂ ਇਹਨੂੰ ਇੱਥੇ ਤੱਕ ਬਜਰੀ ਨਾ ਭਰ ਦੇਣਾ, ਹਾਂ ਵਧੀਆ, ਪਾਣੀ ਪੂਣੀ ਬਜਰੀ ਉਹਦੇ ਬਜਾ ਰਹੂਗਾ ਚਰਚ ਉੱਤੇ, ਸਭ ਦਾ ਬਹੁਤ ਲੋਟ ਹੈ। ਬਾਕੀ ਮਿੱਟੀ ਆਪਾਂ ਨੇ ਦੋ ਟਿੱਪਰ ਹੋਰ ਕਰੇ ਹੋਏ ਆ, ਆ ਚੱਕੋ ਮਗਾ ਇੱਟੀ ਫਿਰ ਤਾਂ ਹੀ ਆਉਣੀ ਆ, ਉਹ ਤੱਕੇ ਲਾਉਣੀ ਆਪਾਂ ਨੇ ਸੰਦ ਸਿਹੜੇ ਅੰਦਰ ਲਾ ਦੇਣੇ, ਫਿਰ ਮਸ਼ੀਨ ਵੀ ਜ਼ਰੂਰਤ ਕੱਢ, ਮਸ਼ੀਨ ਇੱਥੇ ਲਾਉਣੀ ਆ, ਗਿਆਰਾਂ ਫੁੱਟ ਦਸ ਹਜ਼ਾਰ ਰਹਿ ਜਾਂਦਾ ਉਹ ਡੱਬੀ ਪੈ ਗਈ ਨਾ ਵਿੱਚ ਦਾ ਗਿਆਰਾਂ ਦੇ,
ਬਾਕੀ ਹੁਣ ਕਈ ਕਹਿੰਦੇ ਬਾਈ ਬਈ 12 ਫੁੱਟੀਆਂ ਮਾਲਣੀ ਦੀਆਂ 12 ਬਾਈ ਫਿਰ ਉਹ ਨਹੀਂ ਰਹਿੰਦੀ ਕਿਉਂਕਿ ਲਚਕ ਜੇ ਨਹੀਂ ਆ ਹੋਰ ਤਰ੍ਹਾਂ ਦੀ ਹੋ ਜਾਂਦੀਆਂ ਬਈ ਆਪਣਾ ਨਹੀਂ ਸਮਝ ਜਾ ਤਿੰਨਾ ਕੋਈ ਨਹੀਂ ਮਾੜੀ ਹਾਂ ਹਰ ਪੈ ਜਾਂਦੀਆਂ ਪਰ 12 ਫੁੱਟੀਆਂ ਨੂੰ ਜੇ ਇੱਕਣਾ ਸਪੋਰਟ ਹੁੰਦੀ ਉਹ ਚੱਲ ਜਾਣੀ ਦੀ ਚੱਲ ਆਹ ਪਰ ਜਿਹੜੀ ਆਹ ਕੰਮ ਆ ਨਾ ਇਹ ਬਾਈ 12 ਫੁੱਟ ਨਾਲ ਵੀ ਜ਼ਿਆਦਾ ਮਜ਼ਬੂਤ ਕੰਮ ਹੈ ਹਾਂ 8 ਵਾਲਾ ਬਾਕੀ ਬਾਈ ਜਿਹਨੇ ਪਾਈ ਵੀ ਆਉਣਾ ਹੁਣ ਮਾੜਾ ਹੋਈ ਕਿਹੜਾ ਕਿਸੇ ਚੀਜ਼ ਨੂੰ ਇੱਕ ਮਿਸਤਰੀ ਨੇ ਕਿਹਾ ਕਿ ਹੋਰ ਚੀਜ਼ ਦਿਖਾਵਾਂ ਇੱਕ ਮਿਸਤਰੀ ਨੇ ਉਹ ਲੇਲੇ ਪਵਾਤਾ ਜਿਹੜਾ ਸਟੈਂਡਰ ਜਿਹਾ ਵੀ ਨੇੜੇ ਜੋਰ ਨਾਲ ਵੱਜਦੀ ਉੱਥੇ ਜਾ ਕੇ ਉੱਥੇ ਸਪੋਰਟ ਚਾਹੀਦੀ ਬਾਕੀ ਆਪਾਂ ਇੱਥੇ ਜਾਲੀ ਲਾ ਦੇਣੀ ਇੱਥੇ ਠੀਕ ਹੈ ਹਵਾ ਕਰਾਓ ਜੇ ਸਿਆਲ ਚ ਬੰਦ ਬੁੰਦ ਚਾਹੀਦੀ ਟੀਨਾ ਜਿਹੜੀਆਂ ਮਰਜ਼ੀ ਹੋਣ ਜੇ ਹਵਾ ਕਫ ਨਹੀਂ ਹੈਗੀ ਨਾ ਢਿੱਡਣ ਦੀ ਹਵਾ ਬਸ ਬਸ ਮੂਹਰੇ ਐਂਟਰ ਹੋ ਗਈ ਤਾਂ ਵੀ ਇੱਧਰ ਕਰੋਸ ਹੋ ਜਾਣੀ ਹਾਂ ਖਿੰਡ ਜਾਣੀ ਆ ਬਾਕੀ ਭਾਈ ਆਹ ਲੱਖ ਤਾਂ ਲੈਵਲ ਮਿਸਤਰੀ ਨੇ ਇਹ ਪਾਣੀ ਇੱਧਰ ਨੂੰ ਗਿਰੀ ਕਿਤੇ ਉਹਦੇ ਮਗੂ ਉੱਧਰ ਨੂੰ ਲਾਵਾਂ ਨਹੀਂ ਗਿਰਦੀ ਉੱਚਾ ਬੜਾ ਉੱਥੇ ਭਾਈ ਪਾਣੀ ਦਾ ਅੰਦਰ ਨੂੰ ਗਿਰ ਉੱਚੇ ਰੱਖ ਕੇ ਬਣਾ ਚਾਹੇ ਲੋੜ ਪੈਂਦੀ ਹੈ ਚੀਜ਼ਾਂ ਟਾਂਡਾ ਕਰਨ ਲੋੜ ਪੈਂਦੀ ਹੈ ਟਰੈਕਟਰ ਖੜ ਗਿਆ ਟਰਾਲੀ ਖੜ ਗਈ ਦਵੀਆਂ ਸਵਾਗਾ ਗੱਡੀ ਹਲ ਬਾਹਰ ਖੜੇ ਆ ਹਲ ਦਵੀਆਂ ਜਿੱਦਣ ਤੇਰਾ ਸਾਰਾ ਖਾਓ ਕੰਮ ਖੜਨਾ ਇਹ ਗੱਡੀ ਉਹ ਖੁੰਜੇ ਜੇ ਖੜਨੀ ਫਿਕਣਾ ਗੱਡੀ ਘੱਟ ਜਗ੍ਹਾ ਗੱਡੀ ਨੇ ਆਪਾਂ ਉਧਰ ਰੱਖਣੀ ਗੱਡੀ ਦਾ ਸਾਹਮਣੇ ਆਈ ਸਿੱਧੀ ਅੰਦਰ ਐਂਟਰ ਕਰ ਉੱਥੇ ਮੂਹਰੇ ਖੜਾ ਦੇ ਬੱਚਾ ਉਦੋਂ ਤੱਕ ਆ ਗਈ ਜਗ੍ਹਾ ਬਹੁਤ ਆ ਗੱਡੀ ਨੂੰ ਹਾਂ ਬਸ ਠੀਕ ਆ ਠੀਕ ਆ ਉਹਨੂੰ ਘੁੰਮ ਕੇ ਆਉਣੀ ਸਾਹਮਣੇ ਥੋੜ੍ਹੀ ਮੂੰਹ ਰੱਖੀ ਹੋਈ ਇੱਧਰ ਉੱਠ ਪਈ ਜਾਂਦੀ ਫਿਰ ਉਦੋਂ ਤੱਕ ਆਉਣੀ ਇੱਟ ਤੱਕ ਆਉਣੀ ਬਸ ਯਾਰ ਅੱਧ ਬਸ ਇੱਥੇ ਤੱਕ ਐਡੀ ਗੱਡੀ ਉਹ ਵੀ ਗਾਹਾਂ ਕਰਨੀ ਆਪਾਂ ਨੇ ਕਿਉਂਕਿ ਪਿੱਛੇ ਧੁੰਦ ਪਈ ਜਾਂਦੀ ਉੱਪਰ ਨਹੀਂ ਫਿਰ ਮੇਰਾ ਹੁਣ ਆਇਆ ਵਾ ਪਿੱਛੇ ਧੁੰਦ ਪਈ ਜਾਂਦੀ ਹੈ ਮੇਰੇ ਟਰੈਕਟਰ ਟਰਾਲਾ ਸਿੱਧਾ ਖੜਦਾ ਇੱਕ ਜੇ ਆਪਾਂ ਉਸ ਪੈ ਜਾਏਗਾ ਨਹੀਂ ਟਰੈਕਟਰ ਟਰਾਲਾ ਫਿਰ ਸਿੱਧਾ ਖੜ ਜਾਏਗਾ 30 ਫੁੱਟ ਆ ਇਹ
ਭਗਣਾ ਸਿੱਧਾ ਹਾਂ ਤੁਸੀਂ ਆ ਕੇ ਸਿੱਧੇ ਸਮਾਨ ਆ ਗਿਆ ਸਾਰਾ ਆ ਖਾਲੀ ਹੋ ਜਾਂਦਾ ਖਾਲੀ ਤੂੰ ਦੇਖੀ ਸਹੀ ਜਦੋਂ ਤੇ ਸਮਾਨ ਖੜਾਉਣਾ ਫਿਰ ਅਸੀਂ ਮੈਨੂੰ ਇੱਧਰ ਢੋਲ ਢਮੱਕੇ ਨਹੀਂ ਭਰ ਜਾਣਾ ਪਿੱਛੇ ਤਾਂ ਆਹ ਰੱਖ ਆਹ ਰੱਖ ਤੇ ਕਹਿਣਾ ਘੱਟ ਆਈ ਨਹੀਂ ਘੱਟ ਜਾਣਾ ਓਏ ਕਦੇ ਨਹੀਂ ਪੂਰਾ ਹੁੰਦਾ ਇਹ ਪੂਰੇ ਹੋਣ ਲੱਗ ਹੁਣ ਅਰਸ਼ ਵੀ ਨਹੀਂ ਕਹਿੰਦੇ ਹੋਰ ਵਧਾਉਣਾ ਐਡਾ ਸ਼ੈੱਡ ਪਾਇਆ ਅਸੀਂ ਇਹਨਾਂ ਦੇ ਹੁਣ ਕਹਿੰਦੇ ਹੋਰ ਪਾਉਣਾ ਏ ਉੱਚੇ ਚੱਲੀ ਜਾਣਾ ਤਾਂ ਅਰਸ਼ ਵੀ ਇਹਨਾਂ ਨੇ ਤਰੱਕੀ ਹੋ ਜਾਂਦੀ ਹੈ ਸਾਈ ਭਾਈ ਉਹ ਸੁੱਖੇ ਨੂੰ ਦੇ ਕੇ ਸਾਈ ਗੱਲ ਕਹਿ ਕੇ ਉਹ ਚੀਜ਼ ਆਉਂਦੀ ਉਹ ਘੱਟਦੀ ਥੋੜੀ ਆ ਘੱਟਦੀ ਥੋੜੀ ਚੀਜ਼ ਆਉਂਦੀ ਉਹਦੇ ਉੱਪਰ ਹੋਰ ਕਿਆ ਸੁੱਖੇ ਨੂੰ ਕਹਿ ਕੇ ਆਓ ਗੱਲ ਕਰਾਂ ਮੈਂ ਜਵੀ ਚ ਸਪਰੇਅ ਕਰਨ ਚੱਲਿਆ ਹੁਣ ਸੁੱਖੇ ਜਵੀ ਦੇ ਪੈਸੇ ਤਿਆਰ ਆ ਵੀ ਆ ਜਾ ਤੂੜੀ ਗਰਮੀ ਮਾਤਾ ਚਲੋ ਚਾਲ ਆਈ ਚਲਾਈ ਚਲੀ ਜਾਂਦੀ ਆ ਉਹ ਇੱਧਰ ਪਾਣੀ ਉਹ ਲਾਈਟ ਵੱਜ ਗਈ ਆ ਬਾਕੀ ਇੱਕ ਵੱਜ ਗਿਆ ਚਾਚਾ ਵੀ ਤੂੜੀ ਪੂਰੇ ਬੈਠੇ ਬੈਠੇ ਉਹ ਗਾਡਰ ਦੇਖਣ ਜਾਣਾ ਤਾਂ ਅਸੀਂ ਭੈਣੀ ਅਰਸ਼ ਵੀ ਕਹਿੰਦਾ ਹੁਣ ਲੈ ਕੇ ਰੱਖ ਲੈਣੇ ਲੈ ਬਾਈ ਲੋ ਬਾਈ ਹੋ ਗਈ 5-6 ਵੱਜ ਗਏ ਹੁਣੀ ਸ਼ੁਰੂਆਤ ਹੋ 6 ਕਿਤੇ ਵੱਜ ਗਏ ਹਲੇ ਕਿਹੜੇ ਤਰ੍ਹਾਂ ਕਰਦਾ ਤੂੰ ਜਾਬੀ ਦਿਖੀ ਆਪਾਂ ਧੁੱਪਾਂ ਉਰੇ ਨੀ ਆਈ ਪਿੰਡ ਆਪਣੇ ਆਉਣੀ ਵੀ ਨੀ ਉਰੇ ਇੱਕ ਦੇਖ ਲੈ ਵੀ ਪਿੰਡ ਪਰੇ ਪ੍ਰਕੋਪੀ ਹੈ ਸਾਰਾ ਪਿੰਡ ਦਾ ਨੀ ਹੈ ਜੀ ਉਹ ਸਾਰਾ ਪਿੰਡ ਦਾ ਮੀਂਹ ਮੰਗਦਾ ਹੈ ਚਾਚੇ ਨਾਲ ਹੀ ਗਈਆਂ ਨੇ ਮੈਨੂੰ ਰਾਤ ਨੂੰ ਪਾਣੀ ਲਾਉਣਾ ਪਵੇ ਮੀਂਹ ਪੈ ਜਾਵੇ ਚਾਚੇ ਨਾਲ ਹੀ ਆਇਆ ਵੀ ਹੁਣ ਪਾਣੀ ਰਾਤ ਆਲੀ ਬਥੇਰੀ ਫਿਊਜ ਆ ਰਾਤ ਆਲੀ ਬਥੇਰੀ ਲੈਟ ਖਬਰੇ ਹੁਣ ਵੀ ਉਹ ਵਾਲੀ 6-7 ਘੰਟੇ ਵਾਲੀ ਸਾਡੇ ਵਾਲਾ ਬਲਦਾ 6-7 ਘੰਟੇ ਬਲਦਾ ਮੁੜ ਕਿਆ ਕਿਹਨੂੰ ਨਾਲ ਪਾਣੀ ਦਾ ਕਣਕ ਪਾਣੀ ਮੰਗਦੀ ਮੰਡੀ ਯਾਰ ਹਵਾ ਰੋਜ਼ ਚੱਲਦੀ ਰਹੀ ਤੇਜ਼ ਹਵਾ ਤੋਂ ਨਹੀਂ ਕੱਲ ਤੇ ਚੱਲਣ ਲੱਗੀ ਅੱਜ ਤਾਂ ਬਹੁਤ ਠੰਡਾ ਸਵੇਰ ਦੀ ਉਹ ਲੱਗਦੀ ਮੰਜਾ ਤਾਂ ਖੜਾ ਕਰਿਆ ਮੰਜਾ ਓਟ ਤਾਂ ਹੀ ਲੱਗਦੀ ਆ ਇਹਦਾ ਫਾਇਦਾ ਬਹੁਤ ਆ ਕੰਧ ਕਰਾ ਲਈ ਤੇ ਮਿਸਤਰੀ ਲੱਗਿਆ ਹੋਇਆ ਦਿਨ ਤਾਂ 10 ਵਜੇ ਚੜਦਾ ਏ ਉਹ ਹੁਣ ਨੀ ਹੋਣਾ ਕੰਮ ਯਾਰ ਨਾ ਹੋਣਾ ਸਵੇਰੇ ਨਾ ਹੋਣਾ ਸ਼ਾਮ ਨੂੰ ਉਹ ਕੰਮ ਹੁਣ ਦੁਪਹਿਰੇ ਚ ਮੈਂ ਕੱਲ ਨੂੰ ਬਾਈ ਫਿਰ ਮਿਲਣ ਲੰਘ ਗਿਆ 1 ਵਜੇ ਬਾਰਾਂ ਵਜੇ ਤਿਆਰ ਹੀ ਯਾਰ ਕੰਮ ਸਾਰਾ ਅਸੀਂ ਆਪੇ ਦੇਣਾ ਕੰਮ ਸਾਰਾ
ਬੈਟਰੀ ਲਿਆ ਨਾਲੇ ਹੁਣ ਉਹਨਾਂ ਤੇ ਮਿਲ ਤੇ ਤਾਂ ਮੁੜੇ ਆਵੇ ਅਜਾ ਆਏ ਨਹੀਂ ਕੌਣ ਅੱਛਾ ਟਰੈਕਟਰ ਵਾਲੀ ਕਿਹਾਂ ਟਰੈਕਟਰ ਵਾਲੀ ਰੱਖੀ ਬੈਟਰੀ ਯਾਰ 3600 ਦੀ ਮੇਰਾ ਜਿਹੜਾ ਪੁਰਾਣਾ ਖੜਾ ਅੱਛਾ ਕਹਿੰਦੇ ਵੀ ਕਿਹੜਾ ਲੱਗ ਆਉਣਾ ਮੇਲੇ 'ਚ ਉੱਦਾਂ ਲੈ ਕੇ ਤਿਆਰ ਫਿਰ ਅਸੀਂ ਫਤਿਹਗੜ੍ਹ ਸਾਹਿਬ ਨੂੰ ਸਲਫਰੀ ਦਾ ਚੱਕ ਦੇਵਾਂ ਕਿਹੜਾ ਧੱਕਾ ਮਾਰੂਗਾ ਯਾਰ ਮੈਂ ਤੂੰ ਬੈਟਰੀ ਰੱਖ ਲੈ ਫੋਟੋ ਚੱਲੂ ਕਹਿੰਦਾ ਹੁਣ ਤਾਰ ਕੇ ਜਾਊ ਲਾ ਤੀ ਨਾ ਚਾਰਜ ਹੁਣ ਤੂੰ ਵੀ ਇਹਦੇ ਬੰਦੇ ਜਾਮ ਹੁੰਦੇ ਜਾਂਦੇ ਬੈਟਰੀਆਂ ਤਾਂ ਬੈਟਰੀਆਂ ਕਰੂੰਗੀ ਯਾਰ ਬੈਟਰੀਆਂ ਕਰੂੰਗੀ ਯਾਰ ਬੈਟਰੀਆਂ ਕਰੂੰਗੀ ਯਾਰ ਫਿਰ ਰਾਉਂਡ ਲੈ ਕੇ ਸਟਾਰਟ ਹੋਣ ਲਾਤੇ ਹੋਰ ਬੰਦੇ ਵੀ ਤਾਂ ਰਾਉਂਡ ਹੀ ਲੈਂਦੇ ਕੱਲ ਪੰਪ ਮੈਨੂੰ ਪਾਣੀ ਨਾਲ ਲੱਖਣੇ ਨੂੰ ਆਵੇ ਸਾਲਾ ਠੰਡਾ ਪਾਣੀ ਸਾਲਾ ਜਾਮ ਹੋ ਜਾਂਦਾ ਮੈਂ ਸਾਲਾ ਰੁਕ ਰੁਕ ਕੇ ਕਹਿੰਦੇ ਬੱਦਾ ਪਾਣੀ ਮੈਂ ਠੰਡੇ ਦੀ ਵਜ੍ਹਾ ਪਾਣੀ ਦੀ ਭਾਰੀ ਹੁੰਦਾ ਭਾਰੀ ਹੁੰਦਾ ਪਾਣੀ ਠੰਡਾ ਬਾਕੀ ਤੇਰਾ ਰੱਬ ਲੱਗ ਰੇ ਇਹਦੇ ਨੂੰ ਨਾ ਜਿੱਦਾਂ ਹੁਣ ਸਪਰੇ ਕਰਨੀ ਹੈ ਇਹਦਾ ਮੈਨੂੰ ਪੰਜ ਪੰਜ ਛੇ ਛੇ ਲੀਟਰ ਗਰਮ ਪਾਣੀ ਕੱਢਣਾ ਇਹਨਾਂ ਵਿੱਚ ਦੋਹਾਂ ਦੇ ਬੋਕੀਆਂ ਖੁੱਲ ਜਾਂਦੀਆਂ ਨਾਲੀ ਵੀ ਨਰਮ ਜੀ ਰਹਿ ਜਾਂਦੀ ਫਿਰ ਹਾਂ ਨਾਲੀ ਤਾਂ ਚੱਲ ਰਹੀ ਨਰਮ ਰਹੂਗੀ ਰਹੂਗੀ ਬੋਕੀਆਂ ਜਿਹੜੀਆਂ ਸੁੰਗੜੀਆਂ ਉਹ ਖੁੱਲ ਜਾਂਦੀਆਂ ਗਰਮ ਪਾਣੀ ਨਾਲ ਪ੍ਰੈਸ਼ਰ ਦੇਖੀ ਕਿੰਨਾ ਬਣਾਉਣਾ ਉਹਨੇ ਜਿਹੜਾ ਵਿੱਚ ਮਾੜੀ ਮੋਟੀ ਦਵਾਈ ਜਮੀ ਵੀ ਹੁੰਦੀ ਹੈ ਬੋਕੀਆਂ 'ਚ ਉਹ ਵੀ ਫਿਰ ਬਾਹਰ ਨਿਕਲ ਜਾਂਦੀ ਹੈ ਅਜੇ ਲੈਵਲ ਨਾਲੀ ਲੋਟੇ ਨਾ ਆਵੇ ਨਾ ਤੇ ਉਹ ਸਾਰੀ ਗਰਜ ਦਾ ਪਾਣੀ ਪਾਇਆ ਆਹੋ ਫਿਰ ਤਾਂ ਉਹ ਸਿੱਧੀ ਹੋਈ ਕੱਲ ਸਾਨੂੰ ਆਏ ਤਾਂ ਵੀ ਖੜੀ ਨਾਲ ਹੀ ਟੁੱਟ ਨਾ ਜਾਵੇ ਪੰਪਾਂ ਦੀ ਆਕੜੀ ਵਜੇ ਸਾਡੇ ਠੰਡ ਮਾਰ ਲੈਣਾ ਰਾਤ ਰੂਤ ਨੂੰ ਮੀਂਹ ਪੈ ਜਾਣਾ ਜਿਹੜੇ ਸਾਬ ਨਾਲ ਹਵਾ ਚੱਲਦੀ ਹੈ ਜੇ ਅੱਜ ਮੀਂਹ ਪੈ ਗਿਆ ਹੁਣ 50 ਰੁਪਏ ਦੀ ਮੂੰਗਫਲੀ ਖਾਣੀ ਮੈਂ ਸ਼ਾਮ ਨੂੰ ਲੈ ਕਿੱਡੀ ਉਹ ਦੇ ਰਿਹਾ ਚਾਚਾ ਉਹ 50 ਰੁਪਏ ਜੱਡਾ ਮੀਂਹ ਪਾਉਣ ਵੀ ਫਿਰਦਾ ਏ ਥੋੜੀ ਹੈ 50 ਰੁਪਏ ਦੀ 50% ਪੈ ਜਵੇ 50% ਪਾ ਦੋ ਬਸ ਫਿਰ ਅੱਬਾ ਜਿੰਨੀ ਮੂੰਗਫਲੀ ਖਾਉਣੀ ਨਹੀਂ ਹੈ ਜੇ ਥੋੜਾ ਹੀ ਪਵੇ ਕੱਲ ਮੈਂ ਤੋੜ ਕੇ ਠੰਡਾ ਪਾਣੀ ਗਲ ਖਰਾਬ ਕਰਦਾ ਤੁਸੀਂ ਗਾਉਣ ਲੱਗਣਾ ਠੰਡਾ ਬਿਮਾਰ ਨੀ ਹੋਣਾ ਵਿੱਚ ਨੂੰ ਲੰਘਦੀ ਉਹ ਕੁਛ ਨੀ ਹੁੰਦਾ ਹੈਗਾ ਪਾਣੀ ਠੰਡਾ ਠੰਡਾ ਹੀ ਹੈ ਜੇ ਮਾਲਾ ਗਾਉਣੀ ਪੈ ਜਾਵੇ ਫਿਰ ਕੀ ਲਗਾਉਣਾ ਪੈ ਜਾਂਦਾ ਕੋਈ ਫਿਰ ਜੇ ਗਰਮ ਪਾਣੀ ਪੀਊਗਾ ਤਾਂ ਰੇਲਾ ਚੱਲੂਗਾ ਜਮੀਨ ਚੋ ਕਰ ਲਈ ਆ ਭਾਈ ਪੰਮੇ ਤੈਨੂੰ ਭਾਈ ਲਿਆਉਂਦੇ ਆ ਫਿਰ ਪਤੀਲਾ ਗਰਮ ਪਾਣੀ ਰੱਖੋ ਕੋਲ ਜਿਆਦਾ ਵੀ ਨਾ ਹੋਵੇ ਗਰਮ ਨਾਰਮਲ ਜਿਹਾ ਹੋਵੇ ਬਸ ਸਟੀਲ ਦੀ ਬੋਤਲ
ਪਿਆ ਤਾਂ ਹੈਗਾ ਅੱਗੇ ਫਰਕ ਇਹਨੂੰ ਯਾਰ ਮੜਾ ਜਾ ਕਿੱਥੇ ਪਿਆ ਨਹੀਂ ਅੱਧੀ ਸੇਕਵਾਂ ਪਈ ਆਏ ਨਹੀਂ ਪਲਾਸਟਿਕ ਆਹੋ ਨਹੀਂ ਦੇਖ ਪਾ ਪੈਂਦਾ ਉਹਨੂੰ ਸੈਂਟਰ ਚ ਪਾਣੀ ਫਿਰਨ ਡਾ ਹਲਾਉਣਾ ਤਾਂ ਫਿਰਨ ਡਾ ਹੋਣਾ ਹਰ ਮਣੇ ਅੱਛਾ ਇਹਦਾ ਕੋਈ ਭਾਂਡਾ ਹੋਵੇ ਪੂਰਾ ਗਰਮ ਹੋਵੇ ਤਾਂ ਕੁਛ ਹੁੰਦਾ ਬਾ ਕੱਢ ਲਾ ਬਾਈ ਗਾਹ ਨੂੰ ਲੋਹੇ ਦੀ ਬੋਤਲ ਭੇਜੋ ਕੰਪਨੀ ਵਾਲੇ ਉਹ ਚਾਹੇ 50 ਦੀ ਕਰ ਦਿਓ ਲੋਹੇ ਦੀ ਆਹ ਗੱਲ ਲੋਹੇ ਦੀ ਤਾਂ ਉਹ ਆਇਆ ਕਰਦੀ ਆ ਕਿਹੜੀ ਆ ਜਿਹੜੀ ਕਣਕ ਪੋਏ ਕਰਦੀ ਸੀ ਕਿਹੜੀ ਲੋਹੇ ਦੀ ਤਾਂ ਨਹੀਂ ਆਉਂਦੀ ਦਵਾਈ ਲੋਹੇ ਦੇ ਪਾ ਕੇ ਭੇਜਦੇ ਪਾਣੀ ਦੇ ਲੈ ਚ ਹਵਾ ਚ ਬਹੁਤ ਸਭ ਤੋਂ ਸਭ ਲੋਹਾ ਲਿਆ ਹਵਾ ਦੇ ਬਿਨਾਂ ਰੋਕੀ ਪਈ ਉਧਰ ਮੰਜੇ ਮੁੰਜੇ ਲਾ ਕੇ ਟਰਾਲਾ ਨਿਕਲ ਜਾਣਾ ਕੱਲ ਨੂੰ ਕਿਹਨੇ ਹਵਾ ਰੋਕਣੀ ਆ ਵੀ ਡੋਕਾ ਯਾਰ ਰੋਕਾ ਮਿੰਜੇ ਦੋ ਲੈਣੇ ਯਾਰ ਫਰਕ ਪੈ ਜਾਣਾ ਹੋਰੇ ਵੀ ਠੀਕ ਆ ਮੰਜਾ ਲੱਗਾ ਵਾ ਅਸੀਂ ਤਾਂ ਲਿਆਉਣਾ ਕੱਲ ਪਤੀਲਾ ਆਪਣਾ ਚੁੱਲ੍ਹੇ ਪਰ ਉੱਥੇ ਨਾਲੇ ਗਰਮ ਪਾਣੀ ਹੋਈ ਨਾ ਘੜੀ ਸਲਾਹ ਬਣ ਜਾਂਦੀ ਪੂਰੀ ਅਜੇ ਪੂਰੀ ਗੱਲ ਉੱਥੇ ਕਰ ਨਾ ਨਾ ਚੌਲ ਦੂਰ ਤੋਂ ਬਾਲ ਲੈਂਦੀ ਗੁੜ ਪਾ ਕੇ ਬਹਿ ਜਾਓ ਕਿਤੇ ਕਿੰਨੇ ਪਾਏ ਤਿੰਨ ਪਾਏ ਦੋ ਦੋ ਪਾ ਕੇ ਕਹਿੰਦਾ ਹੁਣ ਲੱਗੀਆਂ ਦੇਖਣ ਉਬਲਿਆ ਉਹ ਕਿਲੋ ਦੁੱਧ ਸੁੱਕੀ ਵੀ ਰਹੀ ਆ ਦੁੱਧ ਮਾਰੀ ਕਿੱਥੇ ਗਿਆ ਬਹੁਤ ਤਕੜੇ ਕੁੱਕ ਤੇ ਇਹਨਾਂ ਨੇ ਬੋਕਸ ਐਕਸਪੈਰੀਮੈਂਟ ਕਰੇ ਪਰ ਪਾਸ ਕੋਈ ਵੀ ਨੀ ਹੋਇਆ ਇਹਨਾਂ ਦਾ ਇੱਕ ਵਾਰ 2 ਕਿਲੋ ਦੁੱਧ ਖੋਆ ਮਾਰ ਲੈ ਗਿਲੇ ਰਾਤ ਨੂੰ ਇੱਕ ਵਾਰ ਪਿਪਲੀ ਆਉਣੀ ਆ ਇੱਕ ਪਿੰਨੀ ਵਾਟਰ ਸਾਰੀ ਰਾਤ ਖੋਆ ਮਾਰ ਕੇ ਲੱਗ ਜੂਣੀ ਫਿਰ ਰਾਤ ਨੂੰ ਵਿਹਲੇ ਬੈਠ ਨੀ ਦੇਣਾ ਇਹਨਾਂ ਦੇ ਰੋਪੜ ਨਿਕਲਦਾ ਇਹ ਮਾਲ ਹੀ ਕੱਕਰ ਪੈਂਦਾ 2 ਕਿਲੋਮੀਟਰ ਪਰ ਦਿਖਣ ਲੱਗ ਜਾਂਦਾ ਇੱਥੇ ਪਤਾ ਨੀ ਕਿਆ ਮੇਰਾ ਬੰਦ ਹੀ ਦੇਖੋ ਧੂਣੀ ਕਿੱਥੇ ਆਈ ਕਿੱਥੇ ਬੈਠੇ ਧੂਏ ਨੇ ਘੁਮਾ ਘੁਮਾ ਕੇ ਬਸ ਕਰਾਈ ਹਵਾ ਹੀ ਬਹੁਤ ਤੇਜ਼ ਆ ਯਾਰ
ਅੱਛਾ ਉੱਥੇ ਉੱਥੇ ਬਹੁਤ ਹਵਾ ਲੱਗਦੀ ਹੋਣੀ ਜਿੱਥੇ ਗੇਟ ਨਿਕਲਦਾ। ਹਾਂ ਉੱਥੇ ਬਹੁਤ ਠੰਡੀ ਬਾਤ ਨਹੀਂ ਹਵਾ ਲੋਹੜੀ ਨੂੰ ਵੀ ਚੱਕਦਾ ਨੀ ਚਾਚੇ ਨੇ ਬਾਲ ਬਾਲ ਕੇ ਲੋਹੜੀ ਠੰਡ ਪਰ ਵੀ ਲੋਹੜੀ ਨੂੰ ਇੱਕਣੀ ਦਾ ਮੌਸਮ ਹਨਾ ਇੱਕ ਸਾਲ ਲੋਹੜੀ ਨੂੰ ਮੀਂਹ ਵੀ ਤਾਂ ਪਈ ਗਿਆ ਸਾ ਹੋਈ ਸੀ ਚਾਰੇ ਜਣੇ ਆਏ ਵੇ ਅੱਜ ਆਏ ਘੜਨੇ ਯਾਰ ਕੱਲ ਤਾਂ ਵੱਢ ਕੇ ਦੋ ਕਾਰਨਾ ਦੱਸ ਗਏ ਸਵੇਰ ਦੇ ਆਏ ਨਾਲੇ ਦਸ ਵਜੇ ਮਹਾਂ ਤੂੰ ਮੇਰਾ ਗੰਨਾ ਵੱਢ ਜਿੱਦਣ ਦੱਸਿਆ ਮਹਾਂ ਵੀ ਗੰਨਾ ਜ਼ਿਆਦਾ ਵੀ ਤੇਰੇ ਕਿਹੜੇ ਇੱਕ ਦਿਨ ਹੁਣ ਪੰਜ ਬੰਦੇ ਭੇਜਦੇ ਅੱਜ ਲੱਦ ਦੇਣ